कौमी इंसाफ मोर्चे विच पहुंची है उसका बहुत बहुत धन्यवाद। पर साडे लई बड़ी शर्म की गल है, इत्थे इकट्ठ एड्डा वड्डा होना चाहीदा सी जिवें असी दिल्ली दी बुरुहां ते अपनी रोजी रोटी लई ट्रैलियां भर के बसां भर के साडे नौजवान वीर अपने ट्रैक्टरां ते गए, तां सानू उस तरह ही इत्थे कौमी इंसाफ मोर्चे विच भी पहुंचना चाहीदा है। क्यों इह नौजवानां ने साडी नौजवानी लई साडी सिख कौम लई शहादतां दित्तियां, ना कि इन्हां ने अपने परिवारां दे लई। सो साडे लई बड़ी शर्म की गल है कि असीं इत्थे बड़ी घट गिणती दे विच पहुंच रहे हां। जिस तरह असीं दिल्ली दी बहूरां ते पहुंचे हां, उस तरह मैं नौजवान वीरां नूं अपील करनी चाहुंदा, वीरो तुसीं अपने मातावां भैणां नौजवानों उसी तरह ही तुसीं अपने पिंडां तों विच्चों अपनी गड्डियां बसां ट्रक्कां राही इस कौमी इंसाफ मोर्चे दे विच अपने नौजवान वीरां नूं इंसाफ दिवाउण लई पहुंचो। इन्हां जो जालम सरकारां ने साडे नौजवान वीरां नूं कोह कोह के मारिया, ਉਹ ਕਿਹਨਾਂ ਵਾਸਤੇ ਇਹਨਾਂ ਨੌਜਵਾਨ ਵੀਰਾਂ ਨੇ ਆਪਣਾ ਬਦਲਾ ਲਿਆ, ਇਹਨਾਂ ਨੇ ਆਪਣੇ ਨੌਜਵਾਨਾਂ ਲਈ ਆਪਣੀ ਸ਼ਹਾਦਤਾਂ ਲਾ ਦਿੱਤੀਆਂ। ਅਸੀਂ ਅੱਜ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਇਹਨਾਂ ਦੇ ਨੂੰ ਇਨਸਾਫ ਦਿਵਾਉਣ ਵਾਸਤੇ ਇਸ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਨਹੀਂ ਸਕਦੇ। ਜਿਸ ਤਰ੍ਹਾਂ ਅਸੀਂ ਨਾਰੇ ਲਾਏ ਸੀ ਦਿੱਲੀ ਜਾਓ ਜ਼ਮੀਰ ਜਗਾਓ, ਅਸੀਂ ਤਖਤੀਆਂ ਲੈ ਕੇ ਆਪਣੇ ਕਸਬਿਆਂ ਮੋੜਾਂ ਦੇ ਵਿੱਚ ਖੜ੍ਹੇ ਸੀ, ਤਾਂ ਹੁਣ ਸਾਡਾ ਹੁਣ ਵੀ ਫਰਜ਼ ਬਣਦਾ ਹੈ ਅਸੀਂ ਉਸੇ ਤਰ੍ਹਾਂ ਤਖਤੀਆਂ ਲੈ ਕੇ ਜ਼ਮੀਰ ਜਗਾਓ ਕਿਸਾਨੀ ਮੋਰਚੇ ਵਿੱਚ ਗਏ ਸੀ, ਉਸੇ ਤਰ੍ਹਾਂ ਹੀ ਅਸੀਂ ਇਨਸਾਫ ਮੋਰਚੇ ਵਿੱਚ ਪਹੁੰਚੀਏ। ਇਹ ਜੀਆਂ ਤਖਤੀਆਂ ਲੈ ਕੇ ਅਸੀਂ ਪਿੰਡ ਪਿੰਡ ਆਪਣੇ ਕਸਬੇ ਵਿੱਚ ਇਹ ਪ੍ਰਚਾਰ ਕਰੀਏ। ਸੋ ਦੂਜੀ ਗੱਲ ਹੈ ਜੋ ਸਾਡਾ ਵੀਰ ਭਾਈ ਅੰਮ੍ਰਿਤਪਾਲ ਜੀ ਨੌਜਵਾਨਾਂ ਨੂੰ ਨਸ਼ੇ ਦੇ ਜੋ ਕਰਾਹੇ ਪੈ ਰਹੇ ਸਨ ਉਹਨਾਂ ਨੂੰ ਬਚਾ ਰਿਹਾ, ਅੰਮ੍ਰਿਤ ਛਕਾ ਰਿਹਾ ਹੈ, ਅੱਜ ਸਰਕਾਰਾਂ ਉਹਨਾਂ ਦੇ ਹੀ ਪਿੱਛੇ ਪਈਆਂ ਹੋਈਆਂ ਹਨ। ਅੱਜ ਜੋ ਵੀਰ ਦੱਸ ਕੇ ਹੀ ਗਿਆ ਹੈ, ਜੋ ਅਸੀਂ ਮੀਡੀਆ ਵਿੱਚ ਦੇਖਦੇ ਹਾਂ, ਸਾਡੇ ਲਾਇਸੈਂਸ ਕੈਂਸਲ ਕਰਾਏ ਜਾ ਰਹੇ ਹਨ, ਜੋ ਕਿ ਅਸੀਂ ਜੋ ਸਾਨੂੰ ਕਾਨੂੰਨੀ ਤੌਰ 'ਤੇ ਮਿਲੇ ਹੋਏ ਹਨ ਸਾਡੇ ਉਹ ਜ਼ਬਤ ਕਰੇ ਜਾ ਰਹੇ ਹਨ, ਤਾਂ ਬੜੀ ਸ਼ਰਮ ਦੀ ਗੱਲ ਹੈ। ਸਾਨੂੰ ਸੁਰੱਖਿਆ ਦਾ ਕੀ ਦੇਣੀ, ਉਹ ਸਾਡੇ ਨੌਜਵਾਨਾਂ ਦੇ ਵੀ ਲਾਇਸੈਂਸ ਰੱਦ ਕਰਕੇ ਕਿ ਇਹਨਾਂ ਦੇ ਇਹਨਾਂ ਨੂੰ ਨਿਹੱਤੇ ਕੀਤਾ ਜਾਵੇ ਅਤੇ ਇਹਨਾਂ 'ਤੇ ਬਾਰ ਕੀਤਾ ਜਾਵੇ, ਇਹ ਗੁਰੂ ਦੀ ਗੱਲ ਨਾ ਕਰ ਸਕਣ, ਇਹ ਕੌਮ ਦੀ ਗੱਲ ਨਾ ਕਰ ਸਕਣ। ਸੋ ਮੇਰੀ ਤਾਂ ਸੰਗਤਾਂ ਨੂੰ ਇਹੀ ਬੇਨਤੀ ਹੈ, ਵੀਰੋ ਭੈਣੋ ਮਾਤਾਵੋ ਨੌਜਵਾਨੋ ਵੀਰੋ, ਜਿਸ ਤਰ੍ਹਾਂ ਤੁਸੀਂ ਆਪਣੀ ਰੋਜ਼ੀ ਰੋਟੀ ਲਈ ਦਿੱਲੀ ਦੀਆਂ ਨਾਸਾਂ ਦੇ ਵਿੱਚ ਧੂੰਆਂ ਲਿਆਇਆ, ਇਸੇ ਤਰ੍ਹਾਂ ਅਸੀਂ ਆਪਣੇ ਇਨਸਾਫ ਮੋਰਚੇ ਵਿੱਚ ਪਹੁੰਚ ਕੇ ਇਹਨਾਂ ਸਰਕਾਰਾਂ ਦਾ ਧੂੰਆਂ ਲਿਆਈਏ ਅਤੇ ਆਪਣੇ ਨੌਜਵਾਨ ਇਹਨਾਂ ਸਾਥੀਆਂ ਨੂੰ ਇਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਕੌਮ ਲਈ ਬੜੀਆਂ ਸਹਾਦਤਾਂ ਦਿੱਤੀਆਂ ਇਹਨਾਂ ਨੂੰ ਰਿਹਾ ਕਰਵਾਈਏ। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਖਿਮਰ ਦਾ ਜੱਜ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਾਈ ਪਰਮਜੀਤ ਸਿੰਘ ਜੀ ਮਹਿਮੂਦਪੁਰ ਇਹਨਾਂ ਤੋਂ ਵਿਚਾਰਾਂ ਸਰਵਣ ਕੀਤੀਆਂ ਕਿ ਜਿਹੜੇ ਸਿੱਖਾਂ ਦਾ ਵਿਰੋਧ ਕਰਦੇ ਹੈਗੇ, ਸਿੱਖਾਂ ਦੇ ਖਿਲਾਫ਼ ਬੋਲਦੇ ਹੈ, ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਹੈ, ਅਤੇ ਸਿੱਖ ਆਪਣੀ ਜਿਹੜੀ ਹੈ ਰੱਖਿਆ ਕਰਨ ਵਾਸਤੇ ਜੋ ਉਹਨਾਂ ਨੇ ਹਥਿਆਰ ਰੱਖੇ ਹੈਗੇ ਲਾਇਸੈਂਸੀ ਉਹ ਵੀ ਰੱਦ ਕੀਤੇ ਜਾ ਰਹੇ ਹੈ। ਸੋ ਜੋ ਸਿੱਖ ਕੌਮ ਦੇ ਨਾਲ ਬਹੁਤ ਧੱਕਾ ਹੋ ਰਿਹਾ, ਇਸ ਲਈ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ। ਅਤੇ ਮੈਂ ਬੇਨਤੀ ਕਰਾਂ ਭਾਈ ਕਰਨੈਲ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਉਹ ਆਪ ਜੀ ਦੇ ਨਾਲ 5-7 ਮਿੰਟ ਲਈ ਮੁਖਾਤਵ ਹੋਣਗੇ। ਅਤੇ ਇੱਕ ਸੰਗਤਾਂ ਵੱਲੋਂ ਇਹ ਬੇਨਤੀ ਵੀ ਆਈ ਹੈ ਕਿ ਆਪਾਂ ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਇਹਨੂੰ ਮੋਹਾਲੀ ਨਾਂ ਲਿਖਿਆ ਕਰੀਏ, ਅਤੇ ਜਿੱਥੇ ਵੀ ਲਿਖਣਾ ਹੈ ਜਾਂ ਬੋਲਣਾ ਹੈ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕਿਉਂਕਿ ਜੋ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦੇ ਨਾਂ 'ਤੇ ਇਸ ਸ਼ਹਿਰ ਦਾ ਨਾਂ ਰੱਖਿਆ ਗਿਆ ਹੈ। ਸੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਲ ਇਹਨੂੰ ਬੁਲਾਇਆ ਜਾਵੇ। ਅਤੇ ਇਹਨਾਂ ਤੋਂ ਬਾਅਦ ਜਿਹੜਾ ਗਿਆਨੀ ਪਵਿੱਤਰ ਸਿੰਘ ਜੀ ਰੁੜਕਾ ਢਾਡੀ ਜਥਾ ਉਹ ਆਪ ਜੀ ਨੂੰ ਮੁਖਾਤਵ ਹੋਣਗੇ। ਅਤੇ ਆਓ ਇਹਨਾਂ ਪਾਸੋਂ ਆਪਾਂ ਹੁਣ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਥੋੜ੍ਹੀ ਜਿਹੀ ਵਿਚਾਰ ਇਹ ਹੈ ਕਿ ਗੁਰਮੁਖੀ ਲਿਪੀ ਕੀ ਹੈ ਅਤੇ ਪੰਜਾਬੀ ਲਿਪੀ ਕੀ ਆ, ਗੁਰਮੁਖੀ ਬੋਲੀ ਕੀ ਆ ਅਤੇ ਪੰਜਾਬੀ ਬੋਲੀ ਕੀ ਆ।